ਕਾਨੂੰਨਾਂ ਬਾਰੇ ਗੱਲ ਮੇਰੇ ਕੁਲੀਗਾਂ ਜਿਹੜੇ ਉਹ ਸਾਰੇ ਕਰ ਚੁੱਕੇ ਹੋਏ ਆ ਤੇ ਪੋਲਿਟਿਕਲ ਸਿਸਟਮ ਹੈ ਜਿਹੜਾ ਉਹਦੇ ਬਾਰੇ ਵੀ ਗੱਲ ਹੋ ਚੁੱਕੀ ਹੋਈ ਹੈ ਮੈਂ ਇੱਕੋ ਹੀ ਗੱਲ ਕਹਿਣੀ ਹੈ ਕਿ ਇਹਦੇ ਬਾਰੇ ਕੋਈ ਦੋ ਰਾਏਆਂ ਨਹੀਂ ਹੈ ਕਿ ਜਿਹੜੇ ਕਾਨੂੰਨ ਹੈ ਉਹ ਸਾਡੇ ਹੱਕ ਚ ਨਹੀਂ ਹੈ ਕਾਰਪੋਰੇਟ ਹੱਕ ਚ ਹੈ ਤੇ ਇਹ ਜਿਹੜੇ ਬਣਾਏ ਵੀ ਗਏ ਆ ਉਹ ਜਿਹੜਾ ਕੋਵਿਡ 19 ਦਾ ਪੀਰੀਅਡ ਸੀਗਾ ਉਸ ਮੌਕੇ ਤੇ ਸਰਕਾਰ ਨੇ ਜਿਹੜੀ ਉਹਦੇ ਕੋਲ ਪਾਵਰ ਹੈ ਨਹੀਂ ਸੀ ਜਿਹੜੀ ਸਟੇਟ ਦੀ ਪਾਵਰ ਸੀ ਉਹ ਵਰਤਦੇ ਹੋਏ ਬਣਾਇਆ ਚਲੋ ਇਹ ਕਾਨੂੰਨ ਬਣ ਗਿਆ ਤੇ ਖਾਸ ਗੱਲ ਤੇ ਚੰਗੀ ਗੱਲ ਇਹ ਹੈ ਇਹ ਸਾਰੀਆਂ ਸਟੇਟਾਂ ਦੇ ਲੋਕ ਸਾਰੇ ਧਰਮਾਂ ਦੇ ਲੋਕ ਸਾਰੀਆਂ ਜਾਤਾਂ ਦੇ ਲੋਕ ਵਿੱਚ ਬਹੁਤ ਗਿਣਤੀ ਵਿੱਚ ਔਰਤਾਂ ਵੀ ਜਿਹੜੀਆਂ ਇਸ ਕਾਨੂੰਨ ਦੀ ਵਿਰੋਧਤਾ ਕਰ ਰਹੀਆਂ ਤੇ ਇਕੋ ਪਲੈਟਫਾਰਮ ਤੇ ਕਰ ਰਹੀਆਂ ਇਕੋ ਮੁੱਦੇ ਤੇ ਕਰ ਰਹੀਆਂ ਇਹ ਇੱਕ ਬਹੁਤ ਹੀ ਵੱਡੀ ਤੇ ਸ਼ਲਾਂਘਾਯੋਗ ਜਿਹੜਾ ਇਹ ਸਟੈਪ ਹੈ ਤੇ ਇਹਦੇ ਨਾਲ ਹੀ ਇਸ ਜਿਹੜਾ ਮਤਲਬ ਸਾਡਾ ਮੁੱਦਾ ਹੈਗਾ ਇਹ ਕਾਨੂੰਨਾਂ ਦੇ ਵਿਰੋਧ ਵਿੱਚ ਅਸੀਂ ਸਹੀ ਤਰੀਕੇ ਦੇ ਨਾਲ ਲੜ ਸਕਦੇ ਹਾਂ ਪਰ ਇੱਕ ਗੱਲ ਹੋਰ ਵਿਚਾਰੀ ਜਾਣ ਵਾਲੀ ਹੈ ਉਹੀ ਹੈ ਕਿ ਅੱਜ ਸਾਨੂੰ ਇੰਨਾ ਵੱਡਾ ਵਿਰੋਧ ਜਿਹੜਾ ਕਰਨਾ ਪੈ ਰਿਹਾ ਅੱਜ ਜਦੋਂ ਅਸੀਂ ਇਕੱਠੇ ਹੋਏ ਆ ਇਸ ਮੌਕੇ ਤੇ ਵੀ ਇਹ ਹਾਲਾਤ ਹੀ ਕਿਉਂ ਬਣੇ ਤਾਂ ਕਈ ਵਾਰੀ ਲੱਗਦਾ ਹੈ ਕਿ ਅਸੀਂ ਪਹਿਲਾਂ ਕਿਉਂ ਨਹੀਂ ਉੱਠੇ ਜਦੋਂ 370 ਲੱਗੀ ਸੀ ਅਸੀਂ ਕਦੋਂ ਕਿਉਂ ਨਹੀਂ ਸਾਥ ਦਿੱਤਾ ਜਦੋਂ ਸੀਏ ਲੱਗਿਆ ਸੀ ਉਦੋਂ ਅਸੀਂ ਕਿਉਂ ਨਹੀਂ ਸਾਥ ਦਿੱਤਾ ਸ਼ਾਹੀਨ ਬਾਗ ਦੇ ਮੋਰਚੇ ਦੇ ਉੱਤੇ ਅਸੀਂ ਕਿਉਂ ਨਹੀਂ ਮਤਲਬ ਵੱਦ ਚੜ ਕੇ ਉਹਨਾਂ ਚੀਜ਼ਾਂ ਦੇ ਵਿੱਚ ਹਿੱਸਾ ਲਿਆ ਡੀਮੋਨਟਾਈਜ਼ੇਸ਼ਨ ਦੇ ਅਗੇਂਸਟ ਅਸੀਂ ਕਿਉਂ ਨਹੀਂ ਸਟੈਪ ਲਏ ਅਗਰ ਅਸੀਂ ਉਹਨਾਂ ਮੁੱਦਿਆਂ ਦੇ ਉੱਤੇ ਵੀ ਜਿਵੇਂ ਅੱਜ ਇੱਕ ਇੱਕ ਜੁੱਟਾ ਦਿਖਾ ਰਹੇ ਹਾਂ ਅਸੀਂ ਦਿਖਾਈ ਹੁੰਦੀ ਸਾਨੂੰ ਅੱਜ ਆਹ ਵਾਲਾ ਟਾਈਮ ਨਾ ਦੇਖਣਾ ਪੈਂਦਾ ਪਰ ਚਲੋ ਜੋ ਵੀ ਹੋਇਆ ਉਹ ਹੋ ਚੁੱਕਿਆ ਹੋਇਆ ਹੁਣ ਪਰ ਅੱਜ ਦੇ ਜੋ ਹਾਲਾਤ ਹੈ ਅੱਜ ਦਾ ਜੋ ਸਾਡਾ ਇਹ ਸੰਘਰਸ਼ ਹੈ ਉਹ ਬਹੁਤ ਹੀ ਵਧੀਆ ਚੱਲ ਰਿਹਾ ਹੈ ਮੇਰੀ ਆਪ ਸਭ ਜੀ ਨੂੰ ਇਹੀ ਬੇਨਤੀ ਹੈ ਇਹੀ ਸਲਾਹ ਹੈ ਕਿ ਇਹਦੇ ਤੋਂ ਡਰਿਓ ਨਾ ਇਹਦੇ ਤੋਂ ਕਬਰਾਇਓ ਨਾ 26 ਜਨਵਰੀ ਦੇ ਦਿਨ ਦੇ ਜੋ ਮਤਲਬ ਕਟਨਾਵਾ ਜਿਹੜੀਆਂ ਵਾਪਰੀਆਂ ਉਹਨਾਂ ਨੂੰ ਦੇਖ ਕੇ ਹਰ ਇੱਕ ਦਾ ਮਨ ਇੱਕ ਵਾਰੀ ਉਦਾਸ ਹੋਇਆ ਸੀ ਪਰ ਫਿਰ ਲੱਗਿਆ ਕਿ ਪਰਮਾਤਮਾ ਦੀ ਇੱਕ ਬਹੁਤ ਵੱਡੀ ਕਿਰਪਾ ਹੈ ਸਾਡੇ ਉੱਤੇ ਕਿ ਉਸ ਤੋਂ ਬਾਅਦ ਅਸੀਂ ਹੋਰ ਜ਼ਿਆਦਾ ਜਿਹੜਾ ਚੜ੍ਹਦੀ ਗੱਲਾਂ ਵਿੱਚ ਹੋਏ ਆਂ ਪਰਮਾਤਮਾ ਦੀ ਸਾਡੇ ਉੱਤੇ ਮਿਹਰ ਹੈ ਸਾਡੇ ਗੁਰੂਆਂ ਪੀਰਾਂ ਦੇ ਸਾਡੇ ਉੱਤੇ ਹੱਥ ਹੈ ਤੇ ਜਿਹੜੀ ਬਾਕੀ ਮੋਦੀ ਸਰਕਾਰ ਸਾਡੇ ਵਿਰੋਧ ਦੇ ਵਿੱਚ ਜਿਹੜੀਆਂ ਕਿੱਲਾਂ ਗੱਡ ਰਹੀ ਹੈ ਮੇਰੇ ਖਿਆਲ ਦੇ ਨਾਲ ਇਹਨਾਂ ਕਿੱਲਾਂ ਨੂੰ ਇਹ ਨਹੀਂ ਸਮਝਣਾ ਚਾਹੀਦਾ ਕਿ ਇਹ ਸਾਡੇ ਵਿਰੋਧ ਦੇ ਵਿੱਚ ਗੱਡੀਆਂ ਜਾ ਰਹੀਆਂ ਮੈਨੂੰ ਐ ਲੱਗਦਾ ਮੋਦੀ ਮੋਦੀ ਸਰਕਾਰ ਆਪਣੇ ਕਫਨ ਦੇ ਵਿੱਚ ਹੀ ਇਹ ਕਿੱਲਾਂ ਗੱਡ ਰਹੀ ਹੈ ਉਹਨੇ ਆਪ ਹੀ ਨਹੀਂ ਬਚਣਾ اے ਨਰਿੰਦਰ ਮੋਦੀ ਜੀ ਨੇ ਕਿੱਲਾ ਦੀ ਫਸਲ ਬੀਜਣੀ ਸ਼ੁਰੂ ਕਰ ਦਿੱਤੀ ਆ ਵਿਕਾਸ ਹੈ ਨਰਿੰਦਰ ਮੋਦੀ ਦਾ ਕਿੱਲਾ ਦੀ ਫਸਲ ਬੀਜਣ ਦਾ ਇਹ ਕਿੱਲਾ ਸਾਡੇ ਲਈ ਮਦਦਗਾਰ ਸਾਬਤ ਹੋਣ ਗਿਆ ਜਿੰਨੀਆਂ ਕਿੱਲਾ ਗੱਡੀਆਂ ਜਾਣਗੀਆਂ ਉਹਨੇ ਅਸੀਂ ਜਿਹੜੇ ਆ ਸੁਰਖਰੂ ਹੋਵਾਂਗੇ ਸਾਨੂੰ ਮਜ਼ਬੂਤ ਹੁੰਦੇ ਜਾਵਾਂਗੇ ਤੇ ਸਾਨੂੰ ਕੋਈ ਟਾਂ ਨਹੀਂ ਲੱਗੂਗੀ ਇਸ ਤੋਂ ਬਾਅਦ ਅਸੀਂ ਇੱਥੋਂ ਹੀ ਨਹੀਂ ਮੁੜਨਾ ਅਸੀਂ ਜਿੰਨਾ ਕੁਸ਼ ਗਲਤ ਹੋ ਚੁੱਕਿਆ ਹੋਇਆ ਅਸੀਂ ਉਹ ਸਾਰੇ ਕਾਸੇ ਤੋਂ ਯੂ ਟਰਨ ਮਰਵਾਉਣੀ ਹੈ ਸਾਰੇ ਸਮਾਜ ਨੂੰ ਇੱਕ ਬਿਹਤਰ ਸਮਾਜ ਬਣਾਉਣਾ ਜਿਹੜੇ ਸਾਡੇ ਗੁਰੂਆਂ ਦੀ ਜਿਹੜੀ ਹੈ ਸੋਚ ਰਹੀ ਹੈ ਅਸੀਂ ਉਸੇ ਸੋਚ ਦੇ ਉੱਤੇ ਪਹਿਰਾ ਦੇਣਾ ਇੰਨਾ ਕਹਿੰਦੀ ਹੋਈ ਮੈਂ ਆਪਜੀ ਤੋਂ ਆਗਿਆ ਲੈਣੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਵਕੀਲ ਇਕਤਾ ਜਿੰਦਾਬਾਦ ਕਿਸਾਨ ਵਕੀਲ ਇਕਤਾ ਜਿੰਦਾਬਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਸੋ ਇਹਨਾਂ ਨੇ ਆਪਸ ਵਿੱਚ ਕੋਆਪਰੇਟ ਕਰ ਲਿਆ ਵੀ ਅਸੀਂ ਅੱਜ ਨਹੀਂ ਬੋਲਣਾ ਕਿਉਂਕਿ ਫੇਰ ਕਦੇ ਆ ਜਾਾਂਗੇ ਸੋ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਫੇਰ ਵੀ ਜੇ ਕਿਸੇ ਨੇ ਬੋਲਣਾ ਹੋਵੇ ਤਾਂ ਉਹ ਪ੍ਰਿੰਸੀਪਲ ਸਾਹਿਬ ਤੋਂ ਬਾਅਦ ਬੋਲਣਗੇ ਗੁਰਦੀਪ ਸਿੰਘ ਜੀ ਕਾਲੋਂ ਪ੍ਰਿੰਸੀਪਲ ਨੇ ٹرسٹ ਪਪਾ ਜੋਰਾਵਰ ਸਿੰਘ ਫਤੇ ਗੜ ਸਾਹਿਬ ਟੂ ਐਜੂਕੇਸ਼ਨ ਟਰਸਟ ਤੇ ਉਹਨਾਂ ਕੋਲੇ 3 ਮਿੰਟ ਨੇ ਜੀ ਉਹ ਆਪਣੀ ਗੱਲ ਰੱਖਣ ਪੰਜਾਬ ਪੰਜਾਬ ਦੇ ਕਿਸਾਨਾਂ ਦਾ ਮਜ਼ਦੂਰਾਂ ਦਾ ਇੱਕਾ ਜਿੰਦਾਬਾਦ 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 ਸੋ ਆਜੋ ਜੀ ਪ੍ਰਿੰਸੀਪਲ ਸਾਹਿਬ ਸਤ ਸੰਗਤ ਜੀ ਫਤੇ ਬਲਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਿਰਫ ਦਿਲ ਦੀਆਂ ਗੱਲਾਂ ਕਰਨੀਆਂ ਤੁਹਾਡੇ ਨਾਲ ਜਿੰਨਾ ਟਾਈਮ ਦਿੱਤਾ ਉਹਨੇ ਟਾਈਮ ਦੇ ਵਿੱਚ ਹੀ ਆਪਣੀ ਗੱਲ ਖਤਮ ਕਰ ਦਾਂਗਾ ਮੈਂ ਮਨਜੀਤ ਸਾਹਿਬ ਕੋਟਾ ਬਾਬਾ ਜੋਰਾਵਰ ਫਤਿਹ ਸਿੰਘ ਡਿਸਟ੍ਰਿਕਟ ਲੁਧਿਆਣਾ ਦਾ ਬਤੌਰ ਪ੍ਰਿੰਸੀਪਲ ਸੇਵਾ ਕਰ ਰਹੇ ਹਾਂ ਸਾਡੇ ਟਰਸਟ ਫਤਿਹਗੜ੍ਹ ਸਾਹਿਬ ਦੇ ਅੰਦਰ ਚਾਰ ਸਕੂਲ ਚੱਲਦੇ ਨੇ ਸਾਡੇ ਪ੍ਰਧਾਨ ਜੀ ਅਵਿੰਦਰ ਸਿੰਘ ਜੀ ਲਿਬੜਾ ਆਨੇ ਰਿਸਕਾ ਤੇਰਾ ਡਾਕਟਰ ਗੁਰਮੋਹਨ ਸਿੰਘ ਜੀ ਵਾਲੀਆ ਉਹਨਾਂ ਦੇ ਵੱਲੋਂ ਮੈਂ ਇੱਥੇ ਹਾਜ਼ਰੀ ਲਵਾਉਣ ਤੁਹਾਡੇ ਦਰਸ਼ਨ ਕਰਨ ਲਈ ਆਇਆ ਹੁਣ ਤੋਂ ਪਹਿਲਾਂ ਮੈਂ 5-6 ਵਾਰ ਇੱਥੇ ਆ ਚੁੱਕਿਆ ਹਰ ਵਾਰ ਇੱਥੇ ਆ ਕੇ ਇੰਨੇਕ ਇਮੋਸ਼ਨਲ ਹੋ ਕੇ ਜਾਂਦਾ ਕਿ ਸੀਨਾ ਚੌੜਾ ਹੋ ਜਾਂਦਾ ਵੀ ਆਹ ਸਾਡਾ ਪੰਜਾਬ ਆ ਪੰਜਾਬ ਹੈ ਸਾਡਾ ਜਿੱਥੇ ਜਿੱਥੇ ਹੁਣ ਤੱਕ ਪੰਜਾਬ ਨੂੰ ਮਾਰਾ ਕਿਹਾ ਗਿਆ ਇੱਥੇ ਆ ਕੇ ਪਤਾ ਲੱਗਦਾ ਯਕੀਨ ਮੰਨਿਓ ਕਿ ਪਹਿਲੀ ਵਾਰ ਆ ਕੇ ਲਗਿਆ ਇੱਕ ਹੰਝੂ ਨਹੀਂ ਆਏ ਜਦੋਂ ਬੀਬੀਆਂ ਨੂੰ ਬਾਬਿਆਂ ਜੀ ਨੂੰ ਦੇਖਿਆ ਆਪਣੇ ਆਪ ਨੂੰ ਘੂਰਿਆ ਕਿ ਜਵਾਨੀ ਕਿੱਥੇ ਆ ਜਦੋਂ ਜਵਾਨੀ ਨੂੰ ਦੇਖਿਆ ਜਵਾਨੀ ਅੱਗੇ ਵੱਧ ਕੇ ਮੋਢੇ ਨਾਲ-ਮੋਢਾ ਲਾ ਕੇ ਕਿਸਾਨ ਜੱਥੇ ਬੰਦੀਆਂ ਨਾਲ ਕੰਮ ਕਰ ਰਹੀ ਸੀ ਤਾਂ ਮਾਨ ਹੋਇਆ ਕਿ ਅਸੀਂ ਸਾਡਾ ਜਿਹੜਾ ਪੰਜਾਬ ਆਏ ਵਾਕਿਆ ਇੱਕ ਵਿਲੱਖਣ ਕੌਮ ਆ ਮੈਂ ਕਿਸਾਨ ਜੱਥੇਬੰਦੀਆਂ ਕਲਾਕਾਰ ਵੀਰ ਸਾਰੇ ਜਿਹੜੇ ਇੱਥੇ ਆ ਡਿਊਟੀ ਦੇ ਰਹੇ ਨੇ ਇਹਨਾਂ ਭਰਾਵਾਂ ਦਾ ਸਟੇਜ ਸੰਚਾਲਨਾ ਦਾ ਕੱਲੇ-ਕੱਲੇ ਦਾ ਅਹਿਸਾਨ ਸਾਡੀ ਕੌਮ ਕਦੇ ਨਹੀਂ ਦੇ ਸਕਦੀ ਤੇ ਸਾਨੂੰ ਭੁੱਲਣਾ ਵੀ ਨਹੀਂ ਚਾਹੀਦਾ ਹਰੇਕ ਪਿੰਡ ਦੇ ਵਿੱਚੋਂ ਮਤੇ ਪਾਸ ਹੋ ਰਹੇ ਨੇ 26 ਜਨਵਰੀ ਤੋਂ ਬਾਅਦ ਥੋੜਾ ਜਿਹਾ ਮਾਹੌਲ ਗੜਬੜਾਇਆ ਅੱਜ ਫੇਰ ਮੈਂ ਦੇਖਦਾ ਕਿ ਪ੍ਰੋਪਰ ਪੀਕ ਤੇ ਕੰਮ ਆ ਚੁੱਕਿਆ ਮੇਰਾ ਪਿੰਡ ਕਿਸ਼ਨਗੜ੍ਹ ਜ਼ਿਲ੍ਹਾ ਲੁਧਿਆਣਾ 26 ਜਨਵਰੀ ਤੱਕ ਸਾਡੇ ਭਰਾ ਆਉਂਦੇ ਜਾਂਦੇ ਰਹੇ ਟੈਟ ਟਰਾਲੀਆਂ 'ਚ ਅਸੀਂ ਵੀ ਗੱਡੀਆਂ 'ਚ ਆਉਂਦੇ ਰਹੇ ਏਕੇਨ ਅਸੀਂ ਹੁਣ ਦੇਖਿਆ ਕਿ ਹੁਣ ਅਸਲੀ ਮੋਰਚੇ ਨੂੰ ਸੰਭਲਣ ਦੀ ਲੋੜ ਆ ਅਸੀਂ ਪਿੰਡ ਤੇ ਇਕੱਠ ਕਰਿਆ ಗ್ರಾಮ ਪੰਚਾਇਤ ਨੇ ਸਾਡਾ ਸਹਿਯੋਗ ਦਿੱਤਾ ਅਸੀਂ ਮਤਾਬਾਸ ਕਰਿਆ ਅਸੀਂ 3 ਦਿਨ ਪਹਿਲਾਂ 4 ਦਿਨ ਪਹਿਲਾਂ ਅਸੀਂ ਇੱਥੇ ਆਪਣੀ ਟੈਟਰ ਟਰਾਲੀ ਨਾਲ ਹਾਜ਼ਰੀ ਲਾਈ ਅਸੀਂ ਕਿਸਾਨ ਜਥੇਬੰਦੀਆਂ ਨੂੰ ਮੈਂ ਪਿੰਡ ਵੱਲੋਂ ਵੀ ਤੇ ਟਰੱਸਟ ਵੱਲੋਂ ਇਹ ਯਕੀਨ ਦਿਵਾਉਣਾ ਕਿ ਅਸੀਂ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਹਾਂ ਤੇ ਖੜੇ ਰਹਾਂਗੇ ਜਦ ਤੱਕ ਇਹ ਮੋਰਚਾ ਫਤੇ ਨਹੀਂ ਹੋ ਜਾਂਦਾ ਸਸਿਆ ਕਾ ਸਾਨੂੰ ਲੱਗਦਾ ਕਿ ਸਰਕਾਰ ਤੇ ਪ੍ਰੈਸ਼ਰ ਨਹੀਂ ਭਰਾਵੋ ਵਰਲਡਵਾਈਡ ਪ੍ਰੈਸ਼ਰ ਪੈ ਚੁੱਕਿਆ ਅਗਰ ਕੈਨੇਡਾ ਦਾ ਪ੍ਰਧਾਨ ਮੰਤਰੀ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਸਿਹਤ ਦੇ ਸਕਦਾ ਤਾਂ ਤੁਸੀਂ ਇਹ ਸੋਚੋ ਕਿ ਰਾਤਾਂ ਨੂੰ ਨੀਂਦ ਸਾਡੀ ਕੇਂਦਰ ਸਰਕਾਰ ਨੂੰ ਨਹੀਂ ਆ ਰਹੀ ਹੁਣ ਥੋੜਾ ਜਿਹਾ ਸਬਰ ਦੀ ਲੋੜ ਆ ਮੈਂ ਜਿੰਨੇ ਵੀ ਹੋਰ ਪੰਚਾਇਤਾਂ ਮੇਰੀ ਆਵਾਜ਼ ਸੁਣਦੀਆਂ ਨੇ ਜਿਹੜੀਆਂ ਵੀ ਰਹਿ ਗਈਆਂ ਉਹ ਕਿਰਪਾ ਕਰੋ ਉਹ ਉੱਠੋ ਭਰਾਵੋ ਇਹ ਸਮਾਂ ਹੁਣ ਘਰਾਂ ਵਿੱਚ ਬੈਠਣ ਦਾ ਨਹੀਂ ਆ ਔ ਆਪਣਾ ਫਰਜ਼ ਪਛਾਣਦੇ ਹੋਏ ਇਹਨਾਂ ਬੀਬੀਆਂ ਭਰਾਵਾਂ ਤੇ ਮਤਾਵਾਂ ਦੇ ਨਾਲ ਬਜ਼ੁਰਗਾਂ ਨਾਲ ਸਹਾਰਾ ਲਈਏ ਮੈਂ ਟਾਈਮ ਨੂੰ ਸੰਕੋਚਦਾ ਹੋਇਆ ਅੰਤ ਦੇ ਵਿੱਚ ਉਸ ਸੱਚੇ ਪਾਸ਼ਾ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਕਿ ਹੇ ਸੱਚੇ ਪਾਸ਼ਾ ਜਲਦੀ ਤੋਂ ਜਲਦੀ ਇਹ ਤਿੰਨੇ ਕਾਨੂੰਨ ਵਾਪਸ ਹੋਣ ਤੇ ਸਾਡਾ ਇੱਥੇ ਜਿਹੜਾ ਵੀ ਵੀਰ ਪਾਈ ਇੱਕ ਇੱਕ ਆਦਮੀ ਵੀਰ ਭੈਣ ਭਰਾ ਜੋ ਇੱਥੇ ਹਾਜ਼ਰ ਆ ਉਹ ਸੁਖੀ ਸੰਧੀ ਕਿਉਂਕਿ ਸ਼ਹਾਦਤਾਂ ਬਹੁਤ ਹੋ ਚੁੱਕੀਆਂ ਨੇ ਸੁਖੀ ਸੰਧੀ ਆਪਣੇ ਆਪਣੇ ਘਰਾਂ ਦੇ ਵਿੱਚ ਪਰਤਣ ਇੱਕ ਵਾਰ ਇੱਕ ਵਾਰ ਜੇ ਮੋਦੀ ਸਾਹਿਬ ਕਰ ਸਕਦੇ ਨੇ ਨਾ ਇੱਕ ਕੰਮ ਕਾਨੂੰਨ ਵਾਪਸ ਲੈਣੇ ਉਹ ਬਾਹਰ ਚ ਲੈ ਲਾਂਗੇ ਆਪਾਂ ਇੱਕ ਵਾਰ ਆ ਕੇ ਇਹਨਾਂ ਬਾਰਡਰਸ ਦੇ ਉੱਤੇ ਮੇਰੀ ਪਰਸਨਲ ਰਾਇਆ ਵੀ ਆ ਕੇ ਇੱਕ ਵਾਰੀ ਦੇਖ ਲੈਣ ਵੀ ਇਹ ਲੋਕ ਕਿੱਦਾਂ ਇੱਥੇ ਬਸਰ ਰਹੇ ਨੇ ਕਿਸੇ ਦਾ ਚਿਹਰੇ ਤੇ ਸ਼ਿਕਨ ਨਹੀਂ ਆ ਇੱਕ ਹੌਸਲੇ ਬੁਲੰਦ ਸਾਡੀ ਕੌਮ ਨੂੰ ਪ੍ਰਮਾਤਮਾ ਨੇ ਬਖਸ਼ਿਸ਼ ਆ ਕਿ ਚੜ੍ਹਦੀ ਕਲਾ ਦੇ ਵਿੱਚ ਰਹਿਣਾ ਮੈਂ ਬਾਕੀ ਕੌਮਾਂ ਦੀ ਗੱਲ ਘਟ ਕਰੀਆ ਕਿਉਂਕਿ ਮੈਨੂੰ ਪਤਾ ਕਿ ਇੰਡੀਆ ਦਾ ਇਹ ਮੋਰਚਾ ਸਾਰੀਆਂ ਧਾਰਮਿਕ ਸਾਰੇ ਹੀ ਜਾਤ ਪਾਤਾਂ ਦੇ ਬੰਦੇ ਹਾਜ਼ਰ ਨੇ ਮੈਂ ਉਹਨਾਂ ਸਾਰਿਆਂ ਦਾ ਧੰਨਵਾਦ ਕਰਦਾ ਤੇ ਸਾਰਿਆਂ ਕੀ ਕਰ ਅਰਦਾਸ ਕਰਦਾ ਵੀ ਦੇਖਿਓ बार-बार ਜੋ ਸਟੇਜ ਤੋਂ ਅਨਾਉਂਸ ਹੁੰਦਾ ਮੇਰੀਆਂ ਪਰਸਨਲ ਲਾਈਕਿੰਗ ਕੁਝ ਵੀ ਹੋ ਸਕਦੀਆਂ ਨੇ ਮੈਂ ਕਿਸੇ ABC ਬੰਦੇ ਨੂੰ ਫੋਲੋ ਕਰ ਸਕਦਾ ਕਿਸੇ ਧਰਮ ਨੂੰ ਫੋਲੋ ਕਰ ਸਕਦਾ ਲੇਕਿਨ ਆ ਜਿਹੜੀ ਸਟੇਜ ਤੁਹਾਨੂੰ ਸਦਾ ਦਿੰਦੀ ਆ ਇਹ ਜਿਹੜੀ ਸਟੇਜ ਤੁਹਾਨੂੰ ਸ਼ਾਂਤੀ ਦਾ ਸਦਾ ਦਿੰਦੀ ਆ ਇਹਨੂੰ ਛੱਡਿਓ ਨਾ ਇਹੀ ਇੱਕ ਪੱਲਾ ਸ਼ਾਂਤੀ ਦਾ ਮੋਰਚਾ ਫਤਿਹ ਕਰਾਂਗੇ 100% ਕਰਾਂਗੇ ਅਸੀਂ ਦੂਸਰੀ ਜਿੰਨੇ ਵੀ ਬੀਰ ਟੈਟਰ ਟਰਾਲੀਆਂ ਤੇ ਨਵੇਂ ਵੀ ਆ ਰਹੇ ਨੇ ਤੇ ਜਿਹੜੇ ਮੌਜੂਦਾ ਬੈਠੇ ਨੇ ਹੱਥ ਬੰਨ ਕੇ ਬੇਨਤੀ ਆ ਕਿਸੇ ਨਾਲ ਮੋਢੇ ਨਾਲ ਮੋਢਾ ਖਹਿ ਜਵੇ ਕੋਈ ਤੁਹਾਨੂੰ ਵੱਧ ਘੱਟ ਬੋਲ ਜਵੇ ਉਹਦੇ ਮੂਰੇ ਹੱਥ ਜੋੜ ਕੇ ਕਹਿ ਰਹੇ ਹੋ ਵੀਰ ਜੀ ਸੌਰੀ ਅੱਗੇ ਲੰਘ ਜੋ ਤੁਸੀਂ ਇਹਦੇ ਨਾਲ ਸਾਡਾ ਮਾਹੌਲ ਬਣਿਆ ਰਹੂ ਪ੍ਰਮਾਤਮਾ ਅਗੇ ਅਰਦਾਸਾ ਕਿ ਜਲਦੀ ਤੋਂ ਜਲਦੀ ਸਾਡਾ ਮੋਰਚਾ ਫਤਿਹ ਹੋਵੇ ਮੈਂ ਸਟੇਜ ਵਾਲਿਆਂ ਦਾ ਧੰਨਵਾਦ ਕਰਦਾ ਕਿ ਤੁਹਾਡੇ ਵਰਗੀਆਂ ਦਾਰਸ਼ਨਿਕ ਰੂਹਾਂ ਦਾ ਮੈਨੂੰ ਦਰਸ਼ਨ ਕਰਨ ਦਾ ਮੌਕਾ ਮਿਲਿਆ ਆਓ ਇੱਕ ਵਾਰੀ ਗੱਜ-ਬੱਜ ਕੇ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਮੈਂ ਬੇਨਤੀ ਕਰਦਾ ਆਰ ਐਸ ਸੇਵਿਆ ਜੀ ਐਡਵੋਕੇਟ ਸਾਹਿਬ ਨੂੰ ਤੇ ਉਹਨਾਂ ਤੋਂ ਬਾਅਦ ਜਸਵਿੰਦਰ ਸਿੰਘ ਜੀ ਪੱਟੀ ਐਡਵੋਕੇਟ ਉਹ ਤਿਆਰ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਸੰਸਦ ਦਾ ਹੁਣ ਸੈਸ਼ਨ ਚੱਲ ਰਿਹਾ ਸੀ ਖੇਤੀਬਾੜੀ ਮੰਤਰੀ ਤੋਮਰ ਸਾਹਿਬ ਇਹ ਕਹਿ ਰਹੇ ਸੀ ਕਿ ਇਹਨਾਂ ਵਿੱਚ ਕਾਲਾ ਕੀ ਆ ਸੋ ਜਿਹੜੀਆਂ ਇਹਨਾਂ ਨੇ ਇੱਕ ਮੰਡੀ ਗਵਰਨਮੈਂਟ ਦੀ ਉਹਦੇ ਬਰਾਬਰ ਮੰਡੀ ਜਿਹੜੀ ਖੜੀ ਕੀਤੀ ਆ ਉਹਤੇ ਕੋਈ ਟੈਕਸ ਨਹੀਂ ਲਾਇਆ ਮੈਂ ਤੁਹਾਨੂੰ ਇਹੀ ਬੇਨਤੀ ਕਰਨਾ ਚਾਹਨਾ ਕਿ ਪਹਿਲਾਂ ਪਹਿਲਾਂ ਇਹ ਪ੍ਰਾਈਵੇਟ ਮੰਡੀ ਜੀ ਇਹ ਚਾਲੂ ਹੋ ਗਈਆਂ ਉਹ ਥੋੜਾ ਬਹੁਤਾ ਤੁਹਾਨੂੰ ਲਾਲਚ ਦੇ ਕੇ ਵੱਧ ਭਾਤੇ ਫਸਲਾਂ ਖਰੀਦ ਲੈਣਗੇ ਪਰantu ਉਦੋਂ ਬਾਅਦ ਮੰਡੀਕਰਨ ਬੋਰਡ ਜਿਹਦੇ ਵਿੱਚ ਰੂਰਲ ਡਿਵੈਲਪਮੈਂਟ ਫੰਡ ਦੇ ਨਾਲ ਸੜਕਾਂ ਬਣਦੀਆਂ ਨੇ ਥੋਡੀਆਂ ਉਹ ਬਣਨੀਆਂ ਬਿਲਕੁਲ ਬੰਦ ਹੋ ਜਾਣਗੀਆਂ ਕਾਲਾ ਕਿਉਂ ਨਹੀਂ ਹੈਗਾ ਜਦੋਂ ਮੰਡੀ ਬੰਦ ਹੋਗੀ ਥੋਡੀਆਂ ਫਸਲਾਂ ਉਹੀ ਇੱਕ ਸਸਤੇ ਭਾਤੇ ਖਰੀਦੀਆਂ ਜਾਣਗੀਆਂ ਉਸ ਤੋਂ ਬਾਅਦ ਕੰਟਰੈਕਟਰ ਫਾਰਮਿੰਗ ਜਿਹੜਾ ਇਹਨਾਂ ਨੇ ਕਾਨੂੰਨ ਬਣਾਇਆ ਉਹਦੇ ਵਿੱਚ ਸਪੈਸ਼ਲ ਲਿਖਿਆ ਗ੍ਰੇਡ ਤੇ ਗਾਰੰਟੀ ਥੋਡੀ ਫਸਲ ਨੂੰ ਇੱਕ ਅੰਡਵੀ ਜਿਵੇਂ ਆਪਾਂ ਹੁਣੇ ਮੰਡੀ ਜਾ ਕੇ ਵੇਚ ਆਉਨੇ ਆ ਵੀ ਖਰੀਦ ਲੂਗਾ ਕੋਈ ਉਹਦੇ ਤੇ ਸਪੈਸ਼ਲ ਉਹਨਾਂ ਨੇ ਆਪਣਾ ਦੇਖਣਾ ਕਿਹੜੇ ਗ੍ਰੇਡ ਦੇ ਵਿੱਚ ਆਉਂਦੀ ਆ ਉਸ ਹਿਸਾਬ ਨਾਲ ਭਾਅ ਲਾਉਣਗੇ ਐਸੈਂਸ਼ੀਅਲ ਕਮੋਡਿਟੀ ਐਕਟ ਜਿਹੜਾ ਕਿ ਪਹਿਲਾਂ ਬਣਿਆ ਸੀ ਉਹਦੇ ਵਿੱਚ ਕੋਈ ਵੀ ਜ਼ਿਆਦਾ ਸਟੋਰੇਜ ਨਹੀਂ ਸੀ ਕਰ ਸਕਦਾ ਪਰ 1955 ਵਾਲਾ ਕਾਨੂੰਨ ਜਿਹੜੇ ਤਿੰਨੇ ਕਾਲੇ ਕਾਨੂੰਨ ਨੇ ਉਹਨਾਂ ਦੇ ਵਿੱਚ ਉਹ ਅਮੈਂਡਮੈਂਟ ਕਰਕੇ ਜਿੰਨੀ ਮਰਜ਼ੀ ਸਟੋਰੇਜ ਕਰ ਸਕਦਾ ਮੈਂ ਇਹੀ ਕਹਿਣਾ ਚਾਹੁੰਨਾ ਕਿ ਇਹ ਕਾਨੂੰਨ ਬਿਲਕੁਲ ਗਲਤ ਨੇ ਸਮੇਂ ਦੀ ਇਜਾਜ਼ਤ ਨੂੰ ਲੈਦਾ ਹੋਇਆ ਖਿਮਾ ਨਾ ਜਾਚਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ